ਤੁਹਾਡੇ ਸਾਹਮਣੇ ਤਸਵੀਰਾਂ 'ਚ ਬੈਠੇ ਨੇ ਜਨਾਬ ਸਾਡੇ ਪ੍ਰਸ਼ਾਸਨਿਕ ਅਧਿਕਾਰੀ, ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਦੇ ਵਿੱਤ ਕਮਿਸ਼ਨਰ ਕਰਮਵੀਰ ਸਿੱਧੂ ਅਤੇ ਸੰਗਰੂਰ ਦੀ ADC ਡਿਵੈਲਪਮੈਂਟ, ਜੋ ਬੈਠੇ ਆਰਾਮ ਨਾਲ ਕਾਜੂ ਬਦਾਮ ਛੱਕ ਕੇ ਜੂਸ ਪੀ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਭ ਕੁਝ ਸਾਹਮਣੇ ਪਿਆ। ਹੁਣ ਜਿਵੇਂ ਇਹ ਕਿਸੇ ਪਿਕਨਿਕ ਸਪੌਟ 'ਤੇ ਆਏ ਹੋਣ, ਪਰ ਅਸਲ 'ਚ ਬੈਠੇ ਕੁਰਸੀਆਂ 'ਤੇ ਘੱਗਰ ਦਰਿਆ ਦੇ ਕਹਿਰ ਨਾਲ ਹੋਈ ਲੋਕਾਂ ਦੀ ਤਬਾਹੀ ਵੇਖ ਰਹੇ ਨੇ। ਜ਼ਾਹਿਰੀ ਨਜ਼ਾਰਾ ਦੇਖ ਕੇ ਆਸ ਪਾਸ ਦੇ ਪਿੰਡ ਵਾਲਿਆਂ ਦਾ ਵੀ ਗੁੱਸਾ ਫੁੱਟਿਆ, ਜਿਨ੍ਹਾਂ ਦਾ ਕਹਿਣਾ ਸੀ ਕਿ ਲੋਕ ਭੁੱਖੇ ਬੈਠੇ ਨੇ, ਉਹਨਾਂ ਨੂੰ ਪੀਣ ਨੂੰ ਪਾਣੀ ਤੱਕ ਨਹੀਂ ਮਿਲ ਰਿਹਾ, ਇੰਨੀ ਤਬਾਹੀ ਹੋ ਗਈ, ਅਤੇ ਅਧਿਕਾਰੀ ਇੱਥੇ ਆ ਕੇ ਕਾਜੂ ਬਦਾਮ ਖਾ ਕੇ ਜੂਸ ਪੀ ਕੇ ਚਲੇ ਗਏ। ਜੋ ਅੱਜ ਵਿੱਤ ਕਮਿਸ਼ਨਰ ਆਏ ਸੀਗੇ, ਉਹਨਾਂ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ? ਉਹਨਾਂ ਵਾਸਤੇ ਕਹਿਣਾ ਚਾਹੁੰਦੇ ਹਾਂ ਜੀ, ਨੱਕੇ 'ਤੇ ਆਏ ਸੀ ਉਹ, ਅਤੇ ਇੱਥੇ ਕਾਜੂ ਬਦਾਮ ਜੂਸ ਵਗੈਰਾ ਪੀ ਕੇ ਅਤੇ ਲੋਕਾਂ ਨੂੰ, ਜਿਹੜੇ ਨੂੰ ਪੀਣ ਵਾਸਤੇ ਪਾਣੀ ਵੀ ਨਹੀਂ ਮਿਲ ਰਿਹਾ। ਸਾਡੇ ਪਿੰਡਾਂ 'ਚ ਐਡਾ ਬੜਾ ਨੁਕਸਾਨ ਆ ਗਿਆ, ਐਡਾ ਬੜਾ ਕਹਿਰ ਹੋਇਆ ਪਿੰਡਾਂ 'ਚ, ਅਤੇ ਪਿੰਡਾਂ ਤੱਕ ਉਹਨਾਂ ਕੋਈ ਪਹੁੰਚ ਵੀ ਨਹੀਂ ਕੀਤੀ ਹੈਗੀ, ਅਤੇ ਹੁਣ ਇਦੂ ਬਾੜੀ ਕੀ ਗੱਲ ਹੋ ਸਕਦੀ ਹੈ ਜੀ? ਘਰਾਂ ਵਿੱਚ ਪਾਣੀ ਵੜ ਗਿਆ, ਉਹਨਾਂ ਬਾਰੇ? ਘਰਾਂ 'ਚ ਪਾਣੀ ਸਾਰੇ ਵੜ ਰਹੇ ਜੀ, ਸਾਰੇ ਬਹੁਤ ਵੱਡਾ ਨੁਕਸਾਨ ਹੈ, ਜਿਹੜਾ ਉਹਨਾਂ ਕੋਲ ਕੋਈ ਸਾਰ ਵੀ ਨਹੀਂ ਲਈ ਹੈਗੀ ਉਹਨਾਂ ਨੇ ਜੀ। ਨਾਮ ਕਰਮਜੀਤ ਸਿੰਘ ਜੀ, ਪੂਰੇ ਅਸੀਂ ਘੱਗਰ ਦਾ ਜਿਹੜਾ ਬੰਨ ਚੁੱਕਿਆ ਸੀਗਾ ਉਹ 'ਤੇ ਆਏ ਹੋਏ ਹਾਂ ਜੀ, ਅਤੇ ਅੱਜ ਆਪਣੇ ਵਿੱਤ ਕਮਿਸ਼ਨ ਜੀ ਆਏ ਸੀਗੇ, ਉਹ ਕਾਜੂ ਬਦਾਮ ਖਾ ਕੇ ਆਪਣੀ ਫਾਰਮੈਲਿਟੀ ਪੂਰੀ ਕਰਕੇ ਚਲੇ ਗਏ ਜੀ, ਕੋਈ ਕੁਛ ਨਹੀਂ ਸੁਣਿਆ ਜੀ, ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ। ਉਦੋਂ ਦੂਜੇ ਪਾਸੇ ਇਸ ਮਾਮਲੇ 'ਚ ADC ਸਾਹਿਬ ਦਾ ਕਹਿਣਾ ਸੀ ਕਿ ਵਿੱਤ ਕਮਿਸ਼ਨਰ ਤਾਂ ਇੱਥੇ ਹਾਲਾਤਾਂ ਦਾ ਜਾਇਜ਼ਾ ਲੈਣ ਆਏ ਸਨ, ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕਿਸੇ ਹੋਰ ਵੱਲੋਂ ਨਹੀਂ ਬਲਕਿ ਆਰਮੀ ਦੇ ਵੱਲੋਂ ਕੀਤਾ ਗਿਆ ਸੀ, ਅਤੇ ਇਹ ਸੀ ਇਹਨਾਂ ਦੀ ਸਫਾਈ, ਤੁਸੀਂ ਵੀ ਸੁਣੋ। ਤਾਂ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ, ਕਿੱਥੇ ਕਿੱਥੇ ਤੱਕ ਉਹਨਾਂ ਨੇ ਦੌਰਾ ਕੀਤਾ? ਹਾਂਜੀ, FCR ਸਾਹਿਬ ਆਏ ਸੀਗੇ ਅਤੇ ਉਹਨਾਂ ਨੇ ਮੌਕੇ 'ਤੇ ਉੱਤੇ ਦੌਰਾ ਕੀਤਾ, ਉੱਥੇ ਕਾਫੀ ਦੇਰ ਬੈਠੇ ਰਹੇ, ਉਹ ਤਕਰੀਬਨ 1 ਘੰਟਾ ਉਹਨਾਂ ਨੇ ਕੰਮ ਦਾ ਮੁਆਇਨਾ ਕੀਤਾ ਜਿਹੜਾ ਉੱਥੇ ਘੱਗਰ ਬੰਨ ਦੇ ਉੱਤੇ ਲੱਗ ਰਿਹਾ ਆ, ਅਤੇ ਆਰਮੀ ਵਾਲਿਆਂ ਨਾਲ ਉਹਨਾਂ ਨੇ ਗੱਲਬਾਤ ਕੀਤੀ, ਪਰ ਉਹਨਾਂ ਨੇ ਆਰਮੀ ਵਾਲਿਆਂ ਨੇ ਹੀ ਉਹਨਾਂ ਦਾ ਜਿਹੜਾ ਹੈਗਾ ਚਾਹ ਪਾਣੀ ਦਾ ਉਸ ਵੇਲੇ ਪ੍ਰਬੰਧ ਕੀਤਾ ਸੀਗਾ। ਇਹਦੇ ਵਿੱਚ ਜਿਹੜਾ ਆ ਸਿਵਲ ਪ੍ਰਸ਼ਾਸਨ ਵੱਲੋਂ ਸਿਰਫ ਜਿਹੜਾ ਆ ਜੋ ਬੰਨ 'ਤੇ ਲੇਬਰ ਬਚਾਈ ਜਾ ਰਹੀ ਆ, ਹੋਰ ਕੰਮ ਉਹਨਾਂ ਦੀ ਆਰਮੀ ਵਾਲੇ ਜਿਹੜੇ ਆ ਜੋ ਕਹਿੰਦੇ ਨੇ ਉਹ ਕੀਤਾ ਜਾ ਰਿਹਾ। 5 ਦਿਨ ਬੀਤ ਗਏ ਘੱਗਰ ਦਰਿਆ ਨੂੰ ਟਾਂਡਵ ਕਰਦੇ ਨੂੰ, ਜਿੱਥੇ ਕਈ ਲੋਕਾਂ ਦੇ ਘਰ ਟੁੱਟ ਚੱਲੇ, ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ। ਜਿੱਥੇ ਲੋਕਾਂ ਨੂੰ ਖਾਣਾ ਅਤੇ ਪੀਣ ਨੂੰ ਪਾਣੀ ਨਾ ਮਿਲ ਰਿਹਾ ਹੋਵੇ, ਉੱਥੇ ਮੌਕੇ 'ਤੇ ਪਹੁੰਚੇ ਅਧਿਕਾਰੀ ਜੇ ਕਾਜੂ ਬਦਾਮ ਖਾਂਦੇ ਨਜ਼ਰ ਆਉਣ, ਜੂਸ ਪੀਂਦੇ ਨਜ਼ਰ ਆਉਣ, ਤਾਂ ਸਵਾਲ ਤਾਂ ਜਨਾਬ ਇੱਥੇ ਉੱਠਦੇ ਹੀ ਨੇ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।